ਇਹ ਸ਼ਹਿਰ ਸ਼ਰਮ ਹਾਯਾਵਾਂ ਦਾ ਬਹੁਤ ਅੱਛਾ ਇਹ ਸ਼ਹਿਰ ਸ਼ਰਮ ਹਾਯਾਵਾਂ ਦਾ ਇਹ ਤੁਹਾਨੂੰ ਭੈਣਾਂ ਨੂੰ ਮਾਣ ਭਰਾਵਾਂ ਦਾ ਇਹ ਸ਼ਹਿਰ ਸ਼ਰਮ ਹਾਯਾਵਾਂ ਦਾ ਇੱਥੋਂ ਭੈਣਾਂ ਨੂੰ ਮਾਣ ਭਰਾਵਾਂ ਦਾ ਇੱਥੇ ਬਾਬਲ ਦੀ ਪੱਗ ਦੀ ਸਜਣੋ ਧੀਆਂ ਲੱਜਾਂ ਪਾਲਦੀਆਂ ਨਹਿਰੀ ਸਾਂ ਛੱਡਿਆਲ ਦੀਆਂ ਨਹਿਰੀ ਸਾਂ ਛੱਡਦੀਆਂ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਸ਼ਾਮਿਲ ਕਰਨੇ ਜੀ ਅਸਲਾਮ ਵਾਲੇਕੁਮ ਜੀ ਅਸਲਾਮ ਵਾਲੇਕੁਮ ਜੀ ਗਲਾਸਗੋ ਸੇ ਆਰਮ ਭੱਟੀ ਸਾਹਿਬ ਜੀ ਜੀ ਮੈਂ ਆਪਣਾ ਇਹਨਾਂ ਦਾ ਪ੍ਰੋਗਰਾਮ ਆਪਣਾ ਕਲਾਮ ਸੁਣਿਆ ਸੀ ਬੜਾ ਅੱਛਾ ਕਲਾਮ ਹੈ ਨਾ ਜੀ 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 ਔਰ ਵਾਕਿਆ ਇਹਨਾਂ ਯਾਦਾਂ ਕੁਝ ਅੱਛੀਆਂ ਹੀ ਅੱਛਾ ਪੁਰਾਣੇ ਦੌਰ ਚ ਲੈ ਗਏ ਜੀ ਮੈਂ ਇੱਕ ਨਜ਼ਮ ਇਸ ਹਵਾਲੇ ਨੇ ਲਿਖੀ ਸੀ ਮੈਂ ਉਸਨੇ ਮੈਂ ਕੋਸ਼ਿਸ਼ ਕੀਤੀ ਸੀ ਕਿ ਜਿਹੜੇ ਲਫ਼ਜ਼ ਪਟਵਾਰੀ ਨੇ ਮਤਰੂਕ ਹੋ ਗਏ ਜੀ 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 ਔਰ ਇਸਤੇਮਾਲ ਚ ਨੇ ਤੇ ਉਹਨਾਂ ਕੀ ਦੁਬਾਰਾ ਆਉਂਦਾ ਜਾ ਤਾਂ ਕਿ ਜਿਹੜੇ ਆਉਣ ਵਾਲੇ ਲੋਕ ਉਸ ਕੀ ਪੜ੍ਹਨ ਤੋਂ ਨਹੀਂ ਪਤਾ ਚੱਲਿਆ ਤੇ ਲਫ਼ਜ਼ ਕਹਿ ਸਕਣ ਜੀ ਜੀ ਔਰ ਉਸ ਕੁਝ ਥੋੜੀਆਂ ਜਿਹੜੀਆਂ ਤਬਦੀਲੀਆਂ ਉੱਥੇ ਆਈਆਂ ਉਹ ਵੀ ਮੈਂ ਉਸਨੇ ਬਿਆਨ ਕੀਤੀਆਂ ਜੀ 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 ਅਗਰ ਤੁਸੀਂ ਇਜਾਜ਼ਤ ਦਿਓ ਬਿਸਮਿਲ੍ਲਾ ਬਿਸਮਿਲ੍ਲਾ ਮੁਖਤਸਰ ਮੁਮਤਾਜ਼ ਅਵਾਨ ਸਾਹਿਬ ਵੀ ਸਾਡੇ ਕੋਲ ਬੈਠੇ ਹੋਏ ਨੇ ਫਖਰੇ ਪਟਵਾਰ ਕਿਹਾ ਜਾਂਦਾ ਸਾਰੀ ਜ਼ਿੰਦਗੀ ਇਹਨਾਂ ਨੇ ਪਟਵਾਰ ਦੀ ਖਿਦਮਤ ਹੀ ਕੀਤੀ ਹੈ ਜੀ ਜੀ ਮੁਮਤਾਜ਼ ਅਵਾਨ ਸਾਹਿਬ ਵੀ ਸਾਡੇ ਦੋਸਤ ਹੈ ਜੀ 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 ਜਾਣਨਾ ਮੈਨੂੰ ਕੀ ਦੋਸਤਾਂ ਦੀ ਸਲਾਮ ਵੀ ਦੇਈ ਨਾ ਜੀ ਜੀ ਉਹਨਾਂ ਨੂੰ ਮੇਰਾ ਸਲਾਮ ਦਿਓ ਬਿਲਕੁਲ 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 ਜੀ ਇਨਸ਼ਾਅੱਲਾ ਤੇ ਆਪਣਾ ਮੈਂ ਆਸ ਕਰਨਾ ਸੀ ਥੋੜੀ ਜਿਹੀ ਨਜ਼ਮ ਲੰਬੀ ਹੈ ਮੈਂ ਕੋਸ਼ਿਸ਼ ਕਰਾਂ ਕਿ ਉਸ ਦੇ ਵਿੱਚ ਕੁਝ ਜਿਹੜੇ ਜੀ 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 ਉਸ ਦੀ ਘਟਾ ਦਿਆਂ ਬਿਲਕੁਲ ਬਿਲਕੁਲ ਮੁਖਤਸਰ ਜਿਹਾ ਸਹੀ 2-4-5 ਸ਼ੇਰ ਬਸ ਜੀ4-3-4 ਪ੍ਰੋਗਰਾਮ ਹੁੰਦਾ ਹੈ ਕਿਉਂਕਿ ਟਾਈਮ ਬੜਾ ਥੋੜਾ ਤੇ ਮੈਂ ਚਾਹੁੰਦਾ ਜ਼ਰਾ ਮੁਮਤਾਜ਼ ਸਾਹਿਬ ਨੂੰ ਸੁਣਿਆ ਜਾਏ ਬਹੁਤ ਮੁਸ਼ਕਿਲ ਅਸੀਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਚ ਲੈ ਕੇ ਆਉਂਦਾ ਨਜਮਾ ਸ਼ਾਹੀਨ ਸਾਹਿਬ ਆਏ ਨੇ ਲੰਡਨ ਤੋਂ ਤਸ਼ਰੀਫ ਲਿਆਏ ਨੇ ਖਾਸ ਤੌਰ ਤੇ ਨੈਕਸਟ ਮੰਡੇ ਅਗਰ ਤੁਸੀਂ ਤਕਲੀਫ ਕਰੋ ਤੇ ਜ਼ਰੂਰ ਤੁਹਾਡੀ ਨਜ਼ਮ ਸੁਣਾਂਗੇ ਬਲਕਿ ਇੰਤਜ਼ਾਰ ਕਰਾਂਗੇ ਨੈਕਸਟ ਮੰਡੇ 3-4 ਦੇ ਦਰਮਿਆਨ ਚਲੋ ਠੀਕ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ ਹੋ ਜੀ ਨਜਮਾ ਜੀ ਤੋ ਤੁਸੀਂ ਵੀ ਕੋਈ ਆਪਣੀ ਖੂਬਸੂਰਤ ਜੀ ਨਜ਼ਮ ਕੋਈ ਸੁਣਾਓ ਪਟਵਾਰ ਦੇ ਹਵਾਲੇ ਨਾਲ ਪਟਵਾਰ ਦੇ ਜ਼ਿਕਰ ਹੋਇਆ ਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਮੈਨੂੰ ਚੰਦ ਇੱਕ ਮਿਸਰੇ ਯਾਦ ਨੇ ਜੋ ਪਹਿਲੀ ਵਾਰੀ ਮੈਂ ਨਜ਼ਮ ਲਿਖੀ ਸੀ ਪਟਵਾਰੀ ਜ਼ਬਾਨ ਵਿੱਚ ਜੀ ਤੇ ਅਰਜ਼ ਕਰਨੀ ਆ ਤੁਸਾਂ ਦੀ ਇਜਾਜ਼ਤ ਨਾਲ ਮੁਹੱਬਤਾਂ ਤਵਾੜੀਆਂ ਵਿੱਚ ਸਜਣਾ ਮੁਹੱਬਤਾਂ ਤਵਾੜੀਆਂ ਵਿੱਚ ਸਜਣਾ ਅਸਾਂ ਆਪਣਾ ਆਪ ਗਵਾਈ ਛੋੜਿਆ ਨਾ ਲਭੇ ਦਵਾ ਨਾ ਦਾਰੂ ਕੋਈ ਤੂੰ ਮਰਜ਼ ਹੀ ਹੈ ਜੇ ਅਲਾਈ ਛੋੜਿਆ ਤੇ ਜੋ ਬਾਲਿਆ ਚਾਵਾਂ ਸਦਰਾਂ ਦਾ ਉਹ ਦੀਵਾ ਹਥੀ ਮੈਂ ਬੁਝਾਈ ਛੋੜਿਆ ਪਰਦੇਸ ਜਡੇਰਾ ਤੂੰ ਲਾਇਆ ਸੁਖ ਮੁਖ ਮੈਥੂ ਸੋਹਣਾ ਲੁਕਾਈ ਛੋੜਿਆ ਨਾ ਚਿੱਠੀ ਨਾ ਟੈਲੀਫੋਨ ਆਇਆ ਤੂੰ ਰਿਸ਼ਤਾ ਦਿਲੋਂ ਮਕਾਈ ਛੋੜਿਆ ਤੇ ਅਰਜ਼ ਕੀਤਾ ਜੀ ਕਿ ਦਿਲ ਟੋਟੇ ਟੋਟੇ ਨਜਮਾ ਹੋਇਆ ਸਭਾਂ ਸਦਰਾਂ ਕੀ ਦਫਨਾਈ ਛੋੜਿਆ ਤੇ ਇਹ ਦਿਲ ਕਿਧਰੇ ਹੋਣ ਲਾਉਣਾ ਨਹੀਂ ਇਹ ਦਿਲ ਹੈ ਕਿ ਅਸਾਂ ਸਮਝਾਈ ਛੋੜਿਆ ਤੇ ਮੁਹੱਬਤਾਂ ਤਵਾੜੀਆਂ ਵਿੱਚ ਸਜਣਾ ਅਸਾਂ ਆਪਣਾ ਆਪ ਭੁਲਾਈ ਛੋੜਿਆ ਤੇ ਇਹ ਇੱਕ ਪਹਿਲੀ ਕੋਸ਼ਿਸ਼ ਸੀ ਜੋ ਮੈਂ ਇਸ ਜ਼ਬਾਨ ਮੈਂ ਲਿਖੀ ਹੈ ਤੋ ਲੇਕਿਨ ਜ਼ਿਆਦਾ ਮੈਂ ਆਪਣਾ ਜੋ ਹੈ ਨਾ ਉਰਦੂ ਮੈਂ ਹੀ ਲਿਖਿਆ ਹੈ ਇਸ ਜ਼ਬਾਨ ਮੈਂ ਨਾ ਕਹੇ ਆਪਣੀ ਜ਼ਬਾਨ ਮੈਂ ਆਪਣੀ ਜ਼ਬਾਨ ਮੈਂ ਕਿਉਂਕਿ ਮੈਂ ਇਹ ਐਕਚੁਅਲੀ ਜੀ ਖੂਬਸੂਰਤੀ ਲੇਕਿਨ ਤੁਹਾਡੀ ਜ਼ਬਾਨ ਹੈ ਜੋ ਹੋਰ ਜ਼ਿਆਦਾ ਖੂਬਸੂਰਤ ਹੈ ਸ਼ੁਕਰੀਆ ਜੀ ਤੁਸੀਂ ਪੰਜਾਬੀ ਮੇਰੀ ਪਹਿਲੀ ਕੋਸ਼ਿਸ਼ ਸੀ ਔਰ ਉਸ ਤੋਂ ਬਾਅਦ ਵੀ ਮੈਂ 2-4 ਲਿਖੀਆਂ ਨੇ ਨਜ਼ਮਾਂ ਪੰਜਾਬੀ ਪਟਵਾਰੀ ਜ਼ਬਾਨ ਵਿੱਚ ਲਿਖੀਆਂ ਨੇ ਔਰ ਵੀ ਇਹ ਕਿ ਦੂਸਰੀ ਪੰਜਾਬੀ ਨਾਲੋਂ ਇਹ ਜ਼ਿਆਦਾ ਮੈਨੂੰ ਪੰਜਾਬੀ ਪਸੰਦ ਕੀਤੀ ਗਈ ਹੈ ਤੇ ਅਗਰ ਇਜਾਜ਼ਤ ਹੋਵੇ ਤੇ ਕਿ ਆਪ ਨੂੰ ਗਾਉਣ ਦੇ ਹਵਾਲੇ ਨਾਲ ਨਜ਼ਮ ਪੇਸ਼ ਕਰ ਸਕਦੇ ਬਿਲਕੁਲ ਮੈਂ ਚਾਹ ਰਿਹਾ ਕਿ ਮੁਮਤਾਜ਼ ਸਾਹਿਬ ਨੂੰ ਥੋੜਾ ਜਿਹਾ ਫੋਨ ਦੇ ਟਾਈਮ ਬਿਲਕੁਲ ਸਾਡੇ ਕੋਲ ਅੱਜ ਤੇ ਮੁਖਤਸਰ ਜਿਹਾ ਕੁਝ 1-2 ਸ਼ੇਰ ਬਿਲਕੁਲ ਬਿਲਕੁਲ ਠੀਕ ਹੈ ਜਿੰਦ ਰੋਂਦੀ ਤੇ ਕੁਰਲਾਂਦੀ ਏ ਜਦ ਯਾਦ ਗਰਾਂ ਦੀ ਆਂਦੀ ਏ ਯਾਦ ਆਂਦੀ ਬੀਤੀਆਂ ਬਾਤਾਂ ਦੀ ਮੇਰੇ ਬਚਪਨ ਦੇ ਦਿਨ ਰਾਤਾਂ ਦੀ ਆ ਆ ਕੇ ਰਾਤ ਜਗਾਂਦੀ ਏ ਜਦ ਯਾਦ ਗਰਾਂ ਦੀ ਆਂਦੀ ਏ ਤੇ ਤਸਵੀਰ ਸੁਨਹਿਰੀ ਫਸਲਾਂ ਦੀ ਸਰਿਉਂ ਦੇ ਪੀਲੇ ਫੁੱਲਾਂ ਦੀ ਵਿੱਚ ਅੱਖੀਆਂ ਦੇ ਫਿਰ ਜਾਂਦੀ ਏ ਜਦ ਯਾਦ ਗਰਾਂ ਦੀ ਆਂਦੀ ਏ
पिपलां ते पींग हुलारे दी वंगा दे छन छन कारे दी अज आवाज आंदी जांदी ए जद याद ग्रां दी आंदी ए ओ लज्जत साग ते मक्खन दी ओ पुजियां छलियां चबन दी मेरे जीबे नूं बरमांदी ए जद याद ग्रां दी आंदी ए ओ गूकर चरखे चक्की दी ओ फटकन छज पटकी दी कन्ना विच शोर मचांदी ए जद याद ग्रां दी आंदी ए सब सखियां याद दरीचे विच आ बैठन दिल बगीचे विच कोई नचदी ए कोई गांदी ए जद याद ग्रां दी आंदी ए ते आखिर च मैं अर्ज कीता कि क्यों जीवन वरको थले नी क्यों नजमा दिल नूं सले नी रुत बीती मुड़ ना आंदी ए जद याद ग्रां दी आंदी ए जिंद रोंदी ते कुल आंदी ते ए गौं दा इक मंजर सी जी मैं बस कुछ यादां सी मेरियां उस वाह वाह बहुत बहुत खूबसूरत बहुत खूबसूरत जी और मैं चाह रहे हैं कि बगैर टाइम जाया कीते बिल्कुल मुमताज साहब को जरूर सुनाएंगे जी 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 बहुत शुक्रिया बड़ी मेहरबानी इंतजार जी सुन दे काबिले फखर और काबिले मोहतरम हस्ती ने बहुत शुक्रिया बहुत शुक्रिया शहरां विच लोक गमी गशने ओ शहरां विच लोक गमी गशने तू मुड़िया ओ तू मुड़िया अपने घरां ढोला शहरां विच लोक गमी गशने गमी गशने तू मुड़िया ओ चन्ना मुड़िया अपने घरां डोला शहरां ने एयर कंडीशन तू शहरां ने एयर कंडीशन तू ठंडी साड़े पिपलां छां डोला तू मुड़िया ओ चन्ना मुड़िया अपने घरां डोला मुमताज साहब बहुत बहुत शुक्रिया मैं पिछों इजाजत नहीं मिल रही कि प्रोग्राम नूं होर अगे वधाया जाए ते तिशनगी जिहड़ी ओह बरकरार रह रही है और कोशिश करांगे रिक्वेस्ट करांगे कि नैक्सट प्रोग्राम च तुसीं आओ ते इह तिशनगी जिहड़ी ना साडी दूर होवे शेर है कि तिशनगी है मेरे एहसास का मरकज हमें हौसला हो तो समंदर का समंदर मांगो तो उम्मीद करते हैं नाज़रीन आज का प्रोग्राम आपको पसंद आया होगा मैं अपने मेहमानों का शुक्रिया अदा करता हूं कि तशरीफ लाए तो आप अगर कोई भी बात करना चाहते हैं हमारा ईमेल एड्रेस स्क्रीन पे आ रहा है आप हमें ईमेल कर सकते हैं और नेक्स्ट मंडे सेम टाइम दोबारा आपकी खिदमत में हाजिर होंगे अपना गिरदनवा सबका ख्याल रखें इजाजत दीजिए अल्लाह हाफिज़